ਮੇਰਾ ਨਾਮ ਮਨਦੀਪ ਕੁਮਾਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਰੋਈ ਪਤਾ ਜੀ ਹੁਣ ਗੱਡੀ ਜਾਣ ਨਹੀਂ ਦੇਣੀ ਹੈ ਤਾਂ ਹੁਣ ਕੀ ਕਹਿੰਦੇ 3 ਵਜੇ ਤੋਂ ਬਾਅਦ ਗੱਡੀ ਜਾਣ ਦੇਣੀ ਹੈ ਕੀ ਕਹਿਣਾ ਚਾਹੋਗੇ ਇਹ ਕਹਿੰਦੇ ਵੀ ਜੇ ਤੁਹਾਡਾ ਮਸਲਾ ਸਰਕਾਰ ਨਾਲ ਤੋਂ ਸਰਕਾਰ ਨਾਲ ਤੋਂ ਜਾਓ ਆਮ ਜਨਤਾ ਦਾ ਕੀ ਕਸੂਰ ਇਹਦੇ ਵਿੱਚ ਅਸੀਂ ਤੁਹਾਡੇ ਵਾਂਗੂ ਕਿਸਾਨ ਤੁਸੀਂ ਤੁਹਾਡੇ ਮਸਲੇ ਨੇ ਸਾਡੇ ਮਸਲੇ ਵੀ ਹੈਗੇ ਨੇ ਠੀਕ ਹੈ ਅਸੀਂ ਤੁਸੀਂ ਸਾਨੂੰ ਪਰੇਸ਼ਾਨ ਕਰਦੇ ਕਾਰਨ ਅਸੀਂ ਤੁਹਾਨੂੰ ਪਰੇਸ਼ਾਨ ਕਰੀਏ ਫਿਰ ਆਮ ਜਨਤਾ ਨੇ ਤਾਂ ਸਾਥ ਦਿੱਤਾ ਕਿਸਾਨਾਂ ਦੇ ਵਿੱਚ ਆਮ ਜਨਤਾ ਕਿੱਥੇ ਦੀ ਸਾਥ ਦੇ ਰਹੀ ਹੈ ਆਮ ਜਨਤਾ ਹਮੇਸ਼ਾ ਕਿਸਾਨਾਂ ਦਾ ਸਾਥ ਦੇ ਰਹੀ ਹੈ ਕਿਉਂਕਿ ਇਹਦੇ ਵਿੱਚ ਕਿੰਨੀ ਜਨਤਾ ਖਰਾਬ ਹੋ ਰਹੀ ਹੈ ਇੱਥੇ ਆਮ ਜਨਤਾ ਸਰਕਾਰ ਤਾਂ ਹੈ ਨਹੀਂ ਇਹਦੇ ਵਿੱਚ ਜੇ ਸਰਕਾਰ ਨੂੰ ਤੁਸੀਂ ਜਾ ਤੰਗ ਕਰੋ ਆਮ ਜਨਤਾ ਨੂੰ ਤੰਗ ਕਰਦੇ ਜੇ ਕੀ ਪਤਾ ਕਹਿੰਦੇ ਆਪਾਂ ਪ੍ਰੋਗਰਾਮ ਦਾ ਐਲਾਨ ਕੀਤਾ ਹੈਗਾ ਜਦਕਿ ਇਹਨਾਂ ਨੂੰ ਪਤਾ ਕਿ ਮਾਤਾ ਦੇ ਮੇਲੇ ਆਉਂਦੇ ਆ ਸਰ ਹਾਂਜੀ ਹਰ ਵਾਰ ਆਉਂਦੇ ਆ ਲੱਗਦਾ ਨਹੀਂ ਇਹਨਾਂ ਨੂੰ ਆਪਣਾ ਪ੍ਰੋਗਰਾਮ ਜਿਹੜਾ ਅੱਗੇ ਪਿੱਛੇ ਕਰ ਲੈਣਾ ਚਾਹੀਦਾ ਹੈ ਚਾਹੇ ਤਾਂ ਸੋਚਣਾ ਚਾਹੀਦਾ ਇਹਨਾਂ ਨੂੰ ਜਨਤਾ ਨੂੰ 2 ਸਾਲ ਹੋ ਗਏ ਪਹਿਲਾਂ ਕਰੋਨਾ ਆ ਗਿਆ ਤਾਂ ਨਹੀਂ ਇੱਥੇ ਆਇਆ ਗਿਆ ਉਸ ਤੋਂ ਬਾਅਦ ਚੱਲਦੇ ਰਹੇ ਹੁਣ ਜਦੋਂ ਆਪਾਂ ਸ਼ੁਰੂ ਹੋਇਆ ਮੇਲਾ ਤੁਹਾਨੂੰ ਚਾਹੀਦਾ ਅੱਗੇ ਪਿੱਛੇ ਡੇਟ ਕਰ ਲੈਣੀ ਅਸੀਂ ਹਰ ਚੀਜ਼ ਦਾ ਸਾਥ ਦਿੰਦੇ ਹਾਂ ਸਾਡੇ ਨਾਲ ਸਾਥ ਦਿਓ ਕੰਪਰੋਮਾਈਜ਼ ਕਰੋ ਜਨਤਾ ਨਾਲ ਵੀ दर्शन करन जेडी संगत आई वापस तो जाना ही घरां नूं इत्थे थोड़े हुण असीं बैठे रहांगे सवेर दा मीं पई जांदा चिंतपुरनी तो मीं पैंदे च असीं निके निके बच्चा लैके निकले होए आं अगो ट्रेन ते जाना असीं होर काहदे ते जाईए उन्होंने फिर हम असी तो साथ दे ही साथ दे आप तो किसान नाल ही हर वेले क्योंकि रोजी रोटी आपको ही खानी है तो हम ये आम जनता ने किसान का साथ दिता है किसान ने अलग प्रोग्राम जो अगे पिछे कर लेना चाहिए जानते ही साथ देंगे है सारी दुनिया साथ किसान भाजी क्या नाम है रोहित कुमार केड़ी जगह तो आया फिरोजपुर तो जी ਪਾਜੀ ਕੀ ਹੁਣ ਕਿੰਨੀ ਕਿ ਦਿੱਕਤ ਆ ਇੱਥੇ ਹੁਣ 4-5 ਘੰਟੇ ਬਣਾ ਕੋਈ ਸਾਨੂੰ ਬਹੁਤ ਪਰੇਸ਼ਾਨੀ ਹੈ ਜੀ ਸਾਡੀ ਟ੍ਰੇਨ ਹੁਣ 3 ਵਜੇ ਚੱਲੂਗੀ ਕਿੰਨੇ ਪਹੁੰਚਾਂਗੇ 1 ਵਜੇ ਦਾ ਟਾਈਮ ਹੈ ਗੱਡੀ ਦਾ ਬਹੁਤ ਜ਼ਿਆਦਾ ਪਰੇਸ਼ਾਨੀ ਨਾਲੇ ਮੇਲਾ ਚੱਲਦਾ ਵਾ ਮਾਤਾ ਰਾਣੀ ਦਾ ਇੰਨੀ ਸੰਗਤ ਨੂੰ ਪਰੇਸ਼ਾਨੀ ਹੋ ਰਹੀ ਹੈ ਅਸੀਂ ਹਰੇਕ ਬੰਦੇ ਨੇ ਇਹਨਾਂ ਦਾ ਸਾਥ ਦਿੱਤਾ ਪਰ ਇਹਨਾਂ ਨੂੰ ਇਹ ਚੀਜ਼ ਤੇ ਚਾਹੀਦਾ ਸੀਗਾ ਵੀ ਇਸ ਮੌਕੇ ਸੰਗਤਾਂ ਨੂੰ ਪਰੇਸ਼ਾਨੀ ਨਾ ਹੋਵੇ ਦੇਖੋ ਜੀ ਦੇਖ ਲੈਂਦੇ ਆਪਾਂ ਤਾਂ ਪਹਿਲੇ ਐਲਾਨ ਕੀਤਾ ਸੀਗਾ ਮੈਂ ਤਾਂ ਇਹੀ ਕਹਾਂਗਾ ਜੀ ਪੰਜਾਬ ਸਟੇਟ ਸਾਹਮਣਾ ਵਧੀਆ ਸਟੇਟ ਹੈ ਲੋਕੀ ਮਿਲ ਜੁਲ ਕੇ ਰਹਿੰਦੇ ਆ ਤੇ ਮਿਲ ਜੁਲ ਕੇ ਸਾਰਿਆਂ ਦੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਕੋਈ ਇਹਦੇ 'ਚ ਕੋਈ ਕਿਸੇ ਧਰਮ ਬਾਰੇ ਪੱਖ ਨਹੀਂ ਰੱਖਣਾ ਚਾਹੀਦਾ ਹਰੇਕ ਕਿਸੇ ਦਾ ਤਿਉਹਾਰ ਹੈ ਸਾਰਿਆਂ ਨੂੰ ਸਾਂਝਾ ਹੋ ਕੇ ਚੱਲਣਾ ਚਾਹੀਦਾ